पैदा होती है और उत्साह करने लिए करती है। पंजाब सरकार मुर्दाबाद, पुलिस प्रशासन मुर्दाबाद, दोषियों को गिरफ्तार करो, पंजाब सरकार मुर्दाबाद, पुलिस प्रशासन मुर्दाबाद, दोषी पुलिस कर्मचारियों को गिरफ्तार करो, पंजाब सरकार मुर्दाबाद, पंजाब सरकार मुर्दाबाद, दोषी पुलिस कर्मचारियों को गिरफ्तार करो, दोषी पुलिस कर्मचारियों को गिरफ्तार करो। ये जड़ा संघर्ष अज यह लहल कलां पिंड वालों पंचायत वालों तो पतवंते सज्जना वालों लगाया जा रहा, क्योंकि पिछले दिन एक ब्याह दे विच कोई चोरी हुई सी जिसका उस पिंड दे ही नौजवान का नाम आया सी, ते पुलिस ने उस पिंड दे नौजवान नू चक्किया ते उस नू टॉर्चर करिया ते उन्हें मन्निया के चोरी करी आ, उन्हें समान बरामद करन लई पिंड दे विच लिआंदा गया, उहदे हथकड़ियां लगियां होईयां सी, उहदे नाल सत्त मुलाजम सी पुलिस दे, ते उह जदों उत्थे आ के ਤਾਂ ਪੁਲਿਸ ਦਾ ਕਹਿਣਾ ਕਿ ਉਹ ਪਿਸ਼ਾਬ ਕਰਨ ਦੇ ਬਹਾਨੇ ਗਿਆ ਅਤੇ ਸਾਡੇ ਕੋਲੋਂ ਭੱਜ ਗਿਆ, ਪੁਲਿਸ ਉਹਦੇ ਪਿੱਛੇ ਗਈ ਤਾਂ ਉਹਨੇ ਪਿੰਡ ਦੇ ਟੋਭੇ ਦੇ ਵਿੱਚ ਜਾ ਕੇ ਛਾਲ ਮਾਰ ਦਿੱਤੀ, ਜਿੱਥੇ ਕਾਫੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹਨੂੰ ਬਚਾਉਣ ਲਈ ਕੁਛ ਕਰਿਆ ਜਾਵੇ, ਤੈਰਾਕ ਬੁਲਾਓ ਜਾਂ ਜਾਲ ਲਗਾਇਆ ਜਾਵੇ, ਪਰ ਉੱਥੇ ਕੋਈ ਵੀ ਕਾਰਵਾਈ ਨਾ ਕਰੀ ਗਈ ਅਤੇ ਉਹਨੂੰ ਭਗੌੜਾ ਦੱਸਿਆ ਗਿਆ। ਉਸ ਤੋਂ ਬਾਅਦ 7-8 ਦਿਨਾਂ ਬਾਅਦ ਆਪਣੇ ਆਪ ਹੀ ਉਹ ਲਾਸ਼ ਜਿਹੜੀ ਉੱਪਰ ਆਈ ਅਤੇ ਪਿੰਡ ਦੇ ਲੋਕ ਇਕੱਠੇ ਹੋਏ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਹਦਾ ਕਤਲ ਆ ਇਹ ਪੁਲਿਸ ਵੱਲੋਂ ਕਰਿਆ ਗਿਆ, ਕਿਉਂਕਿ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਿਆ ਗਿਆ ਸੀ, ਅਤੇ ਪੁਲਿਸ ਦੇ ਮੁਲਾਜ਼ਮਾਂ ਅਤੇ ਉਸ ਜਿਹੜੇ ਉਸ ਸਮੇਂ ਸ਼ਾਮਿਲ ਸੀਗੇ ਉਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਕਰੀ ਗਈ, ਅਤੇ ਉਸ ਕਾਰਵਾਈ ਨੂੰ ਲੈ ਕੇ ਅੱਜ ਸਾਰੇ ਪਿੰਡ ਵੱਲੋਂ ਇਹ ਸੰਘਰਸ਼ ਆ ਜਿਹੜਾ ਲਹਿਰਾ ਗਾਗਾ ਥਾਣੇ ਦੇ ਵਿੱਚ ਦਿਹਾਤੀ ਦੇ ਵਿੱਚ ਰੱਖਿਆ ਗਿਆ। ਕੀ ਮੰਗ ਕੀ ਹੈ? ਮੰਗ ਇਹ ਆ ਜੀ, ਜਿਹੜੀ ਧਾਰਾ ਲਗਾਈ ਗਈ ਉਹਨਾਂ 'ਤੇ ਪਰਚਾ ਦਰਜ ਕਰਿਆ ਗਿਆ ਪੁਲਿਸ ਮੁਲਾਜ਼ਮਾਂ 'ਤੇ, ਪਰ ਉਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਤੱਕ, ਉਹ ਆਪਣੀ ਜਿੱਥੇ ਉਹਨਾਂ ਦੀ ਡਿਊਟੀ ਆ ਉਹ ਡਿਊਟੀ ਕਰ ਰਹੇ ਨੇ। ਸੋ ਇਹ ਮੰਗ ਕਰੀ ਗਿਆ ਕਿ ਉਹਨਾਂ ਨੂੰ ਸਸਪੈਂਡ ਕਰਿਆ ਜਾਵੇ ਅਤੇ ਉਹਨਾਂ ਨੂੰ ਜਿਸ ਤਰ੍ਹਾਂ ਜਿਹੜਾ ਪਰਚਾ ਹੋਇਆ ਉਸ ਦੇ ਮੁਤਾਬਕ ਜਿਹੜੀ ਉਹਦੇ 'ਤੇ ਕਾਰਵਾਈ ਆ ਉਹ ਕਰੀ ਜਾਵੇ, ਇਹ ਸਾਡੀ ਮੰਗ ਆ। ਅਤੇ ਅਸੀਂ ਆਪਣੀ ਪਾਰਟੀ ਵੱਲੋਂ ਵੀ ਖਹਿਰਾ ਸਾਹਿਬ ਨਾਲ ਵੀ ਗੱਲ ਕਰੀ ਸੀ, ਉਹਨਾਂ ਨੇ SHO ਲਹਿਰਾ ਗਾਗਾ ਨਾਲ ਗੱਲ ਕਰੀ ਆ ਕੱਲ੍ਹ ਸ਼ਾਮ ਨੂੰ, ਅਤੇ SHO ਨੇ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਇਹ ਕਾਰਵਾਈ ਕਰਨਗੇ। ਸੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਜਿਹੜੀ ਜਾਇਜ਼ ਮੰਗ ਆ ਉਹ ਮੰਗਣੀ ਜਾਵੇ ਅਤੇ ਬਣਦੀ ਕਾਰਵਾਈ ਕਰੀ ਜਾਵੇ। ਧਰਨਾ ਕਿਉਂ ਲਗਾਇਆ ਗਿਆ ਇਹ ਮੀਡੀਆ ਨੂੰ ਪਹਿਲਾਂ ਹੀ ਪਤਾ ਹੀ ਹੈ। 17 ਤਰੀਕ ਨੂੰ ਇੱਕ ਮੇਰੇ ਪਿੰਡ ਦਾ ਜਗਸੀਰ ਸਿੰਘ ਪੁੱਤਰ ਬੌਰੀਆ ਸਿੰਘ ਜੋ ਕਿ SC ਜਾਤ ਨਾਲ ਸੰਬੰਧ ਰੱਖਦਾ, ਉਸਨੂੰ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਤਾਂ ਉਹਨੂੰ ਸਵੇਰੇ ਹੀ ਕੀਤਾ ਗਿਆ ਸੀ, ਪਰ ਸ਼ਾਮ ਨੂੰ ਦਿਖਾ ਰਹੇ ਨੇ 7 ਵਜੇ ਜਾ ਕੇ ਵੀ ਅਸੀਂ ਹੁਣ ਕੀਤਾ। ਉਸ ਤੋਂ ਪਹਿਲਾਂ ਤਾਂ ਅਸੀਂ ਮਾਰ ਕਟਾਈ ਬਹੁਤ ਕੁਛ ਹੋਇਆ ਹੋਇਆ ਸੀ, ਉਸ ਤੋਂ ਬਾਅਦ ਉਹਨੂੰ ਘਰ ਲੈ ਕੇ ਗਏ ਨੇ, ਘਰ ਉਹ ਸਾਨੂੰ ਨਹੀਂ ਪਤਾ ਨਾ ਕੋਈ ਚੌਂਕੀਦਾਰ ਸੀ ਜਾਂ ਕੋਈ ਹੋਰ ਸੀ ਵੀ ਇਹਦੇ ਘਰੋਂ ਚੋਰੀ ਦਾ ਸਮਾਨ ਮਿਲੇ। ਇਹ ਆਪ ਹੀ ਕਹਿ ਰਹੇ ਨੇ, ਆਪ ਹੀ ਗੱਲਾਂ ਬਣਾ ਰਹੇ ਨੇ, ਪੁਲਿਸ ਪ੍ਰਸ਼ਾਸਨ ਵੀ ਉਸ ਕਹਿੰਦਾ ਚੋਰੀ ਦਾ ਸਮਾਨ ਮਿਲੇ, ਅਸੀਂ ਨਹੀਂ ਕਹਿੰਦੇ ਮਿਲੇ, ਨਾ ਉਹਦਾ ਪਰਿਵਾਰ ਨੂੰ ਬੁਲਾਇਆ ਗਿਆ ਸਮਾਨ ਵੇਲੇ, ਚਲੋ ਮਿਲੇ ਉਸ 'ਤੇ ਚੋਰੀ ਦਾ ਪਰਚਾ ਦਿੰਦੇ, ਉਹਨੂੰ ਜੇਲ੍ਹ ਭੇਜ ਦੇ, ਉਹਨੂੰ ਸਜ਼ਾ ਮਿਲਦੀ ਅਗਲਾ ਭੁਗਤ ਲਓ। ਇਹ ਤਾਂ ਨਹੀਂ ਹੈਗੀ ਕਿ ਕਿਸੇ SC ਵਰਗ ਦੇ ਬੱਚੇ, ਇਹ SC ਵਰਗ ਦਾ ਬੱਚਾ ਸਮਝ ਕੇ ਮਾਰਿਆ ਗਿਆ, ਉਹਦੀ ਮਾਰ ਕਟਾਈ ਵੱਧ ਕੀਤੀ ਗਈ ਹੈ। ਉਸ ਤੋਂ ਬਾਅਦ ਉਸਨੂੰ ਆਪੇ ਭਜਾਇਆ ਗਿਆ, ਭਜਾ ਕੇ ਉਹਨੂੰ ਛੱਪੜ 'ਚ ਵੀ ਡਿੱਗਿਆ ਗਿਆ, ਛੱਪੜ 'ਚ ਉਹਦੇ ਦੋਨੇ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਨੇ, ਕਿਉਂ ਵੀ ਵਿੱਚ ਉਹਨੂੰ ਮੱਛੀਆਂ ਖਾ ਜਾਣਗੀਆਂ, ਡੈੱਡ ਬੋਡੀ ਬਾਹਰ ਨਹੀਂ ਆਉਣੀ, ਅਸੀਂ ਬਚ ਜਾਵਾਂਗੇ। ਇਹ ਬਚਣ ਵਾਲਾ ਕੰਮ ਨਹੀਂ, ਰੱਬ ਦੇਖਦਾ, ਰੱਬ ਉਹ ਸਭ ਨੂੰ ਦੇਖਦਾ, ਮੈਨੂੰ ਵੀ ਦੇਖਦਾ ਵੀ ਮੈਂ ਗਲਤ ਕਰਦਾ ਨਾ ਕਰਦਾ। ਇਹ ਬਿਲਕੁਲ ਮਾਰਿਆ ਗਿਆ। ਫਿਰ ਅਸੀਂ ਵਾਰ ਵਾਰ ਇਹਨੂੰ ਕਹਿੰਦੇ ਰਹੇ ਹਾਂ ਵੀ ਜਾਲ ਮਰਾਓ, ਛੱਪੜ ਜਾਲ ਮਰਾਓ, ਕੋਈ ਜਾਲ ਨਹੀਂ ਮਰਾਇਆ, ਕੀ ਹੱਕ ਨਹੀਂ ਬਣਦਾ ਸੀ ਇਹਨਾਂ ਦਾ ਜਾਲ ਮਰਾਉਣ ਦਾ? ਇਹ ਮੰਗ ਇਹ ਜੀ, 25 ਤਰੀਕ ਦਾ ਪਰਚਾ ਦਰਜ ਹੋਇਆ 5 ਮੁਲਾਜ਼ਮਾਂ 'ਤੇ, ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ, ਜੇ ਨਹੀਂ ਗ੍ਰਿਫਤਾਰੀ ਪਾਉਂਦੇ ਤਾਂ ਅਸੀਂ ਇਹਦੇ ਬੈਠੇ ਹਾਂ ਜੀ। ਪੱਕਾ ਮੋਰਚਾ ਜੀ, ਪੱਕਾ ਮੋਰਚਾ ਬਿਲਕੁਲ। ਇਹ ਨਾ ਜੀ ਇੱਕ ਰਮਦਾਸੀ ਜਾਤੀ ਨਾਲ ਸੰਬੰਧ ਸੀ, ਇੱਕ ਚੋਰੀ ਜੇ ਕੇਸ 'ਚ ਮੁੰਡਾ ਚੱਕ ਲਿਆ ਸੀ ਲੇਲ ਕਲਾਂ ਤੋਂ, ਅਤੇ ਉਹਨੂੰ ਮਤਲਬ ਪਿੰਡ ਲੈ ਕੇ ਆ ਗਏ, ਠੀਕ ਹੈ ਜੀ। ਉਹ ਕਹਿੰਦੇ ਪੁਲਿਸ ਵਾਲੇ ਕਹਿੰਦੇ ਵੀ ਸਾਤੋਂ ਹੱਥ ਛਡਾ ਕੇ ਭੱਜ ਗਿਆ ਉਹਦੇ। ਅਸੀਂ ਇਹਨਾਂ ਨੂੰ ਬੇਨਤੀ ਕਰੀ ਸੀ ਵੀ ਸਰ ਜਾਲ ਮਰਾ ਲਓ ਵੀ ਉਹ ਬੰਦਾ ਬਾਹਰ ਨਹੀਂ ਨਿਕਲਿਆ ਹੈਗਾ, ਅਤੇ ਇਹ ਕਹਿੰਦੇ ਨਹੀਂ, ਕਹਿੰਦੇ ਫੋਨ ਟਰੇਸ 'ਤੇ ਲੱਗਿਆ, ਕਹਿੰਦਾ ਵੀ ਫੜ ਲਾਂਗੇ ਅਸੀਂ 1-2 ਦਿਨਾਂ ਬਾਅਦ। ਵੀ ਬਾਹਲੇ ਵਕੀਲਾਂ ਵੱਲੋਂ ਅਸੀਂ ਉੱਥੋਂ ਆ ਗਏ ਜੀ। ਉਹ ਤੋਂ ਬਾਅਦ 8-9 ਦਿਨਾਂ ਬਾਅਦ ਉਹਦੀ ਡੈੱਡ ਬੋਡੀ ਉੱਤੇ ਆ ਗਈ ਪਾਣੀ 'ਚ, ਠੀਕ ਹੈ ਜੀ। ਉਹ ਤੋਂ ਬਾਅਦ ਅਸੀਂ ਉੱਥੇ ਡੈੱਡ ਬੋਡੀ ਰੱਖ ਕੇ ਧਰਨਾ ਦਿੱਤਾ ਜੀ। ਫਿਰ 5 ਮੁਲਾਜ਼ਮਾਂ 'ਤੇ, ਪੁਲਿਸ ਮੁਲਾਜ਼ਮਾਂ 'ਤੇ ਪਰਚਾ ਦਰਜ ਹੋਈ 306 ਦਾ ਜੀ।
हूँ असी गिरफ्तारी वास्ते उरे धरना दिता जी पिंड वासियों के सहयोग में। असी पुलिस तो मंग करते हैं जी, पंजाब सरकार तो मंग करते हैं भी दोषियों को सख्त तो सख्त सजा दी। सजा मिलनी चाहिए, हथ कड़ी लगनी चाहिए, फिर भी कोई उन्होंने सुनवाई नहीं हो रही। हां अज हां सवेर, हां अज हां सवेर, ए गल हो रही है। ਗਿਰਫਤਾਰੀ ਮੰਗ ਕਰੋ, ਹੱਥਕੜੀ ਲਾ ਕੇ ਅੰਦਰ ਹੋਣੀ ਚਾਹੀਦੀ ਹੈ। ਐਂ ਦੇਖਣਾ ਚਾਹੁੰਦੀ ਹਾਂ ਮੈਂ ਵੀ ਸਾਰਿਆਂ ਨੂੰ ਜਿੰਨੀ ਹੈਗੀ ਸੀ।